ਬਾਕਸ ਨੂੰ ਛੱਡਣ ਜਾ ਰਹੇ ਨੇ ਇੱਕ ਪਿੱਛੇ ਲੁਕਿਆ ਹੋਇਆ ਡਰਾਈਵਰ ਹੈ ਪਿੱਛੇ ਲੁਕਿਆ ਜੇ ਇਸੇ ਰਸਤੇ ਇਹ ਅਸੀਂ ਕਹਿੰਦੇ ਜਿਸ ਟਿੱਪਣੀ ਹੁੰਦੀ ਹੈ ਸਾਡਾ ਐਕਸਟਰਾ ਸਟਿੱਪਣੀ ਡਰਾਈਵਰ ਹੈ ਅਸੀਂ ਕਿੱਥੇ ਬੈਠੇ ਹਾਂ ਇਮੈਜਿਨ ਅਸੀਂ ਬੈਠੇ ਹਾਂ ਵੈਨਕੂਵਰ ਏਅਰਪੋਰਟ ਤੇ ਵੇਟਿੰਗ ਫੋਰ ਆਰ ਫਲਾਈਟ ਟੂ ਮੋਂਟਰੀਅਲ ਪਰ ਸਟਾਰਬਕਸ ਦੀ ਚਾਹ ਤੇ ਨਾਲ ਗੁੱਦੀ ਗੁੱਦੀ ਦੇ ਦਿੱਤੇ ਹੋਏ ਪਰੌਂਠੇ ਖਾ ਰਹੇ ਹਾਂ ਸਾਡੀ ਫਲਾਈਟ ਜਿਹੜੀ ਹੈਗੀ ਸੀ ਡਿਲੇਅ ਹੋ ਗਈ ਸੀ ਸਾਡੇ ਨਾਵਾਂ ਦੀ ਕੋਈ ਪ੍ਰੋਬਲਮ ਕਰਕੇ ਉਹਨਾਂ ਨੇ ਸਾਡੀ ਫਲਾਈਟ ਵੀ ਚੇਂਜ ਕਰਕੇ ਪਰ ਪਲੱਸ ਪੁਆਇੰਟ ਹੋ ਗਿਆ ਕਿ ਪਹਿਲਾਂ ਸਾਡੀ ਜਿਹੜੀ ਫਲਾਈਟ ਸੀਗੀ ਉਹ ਕੈਲਗਰੀ ਸਟੇ ਸੀਗਾ ਪਰ ਹੁਣ ਉਹਨਾਂ ਨੇ ਨੋਨ ਸਟੋਪ ਮੋਂਟਰੀਅਲ ਦੀ ਕਰਨੀ ਹੁਣ ਅਸੀਂ ਵੇਟ ਕਰ ਰਹੇ ਹਾਂ ਟਾਈਮ ਪਾਸ ਸਾਡੀ ਫਲਾਈਟ ਸੀਗੀ 9:30 ਔਰ ਹੁਣ ਅਸੀਂ ਜਾਵਾਂਗੇ 11:30 ਅਸੀਂ ਪਰੌਂਠੇ ਖਾ ਰਹੇ ਹਾਂ ਫਿਰ ਥੋੜ੍ਹੀ ਸੈਰ ਕਰਾਂਗੇ ਫਿਰ ਅਸੀਂ ਫਲਾਈਟ ਫੜਾਂਗੇ ਤਾਂ ਸੋਨੇ ਸੁਹਾਗਾ ਹੋ ਗਿਆ ਪੈਰੀ ਕੋਈ ਵਿਚਾਰ ਹਾਂ ਹਾਊ ਆਰ ਯੂ ਫੀਲਿੰਗ ਅਬਾਊਟ ਦਿਸ ਡਿਲੇ ਆਫ ਲਾਈਫ ਯਾ ਨਥਿੰਗ ਹੀ ਹੈਜ਼ ਨਥਿੰਗ ਟੂ ਸੇ ਆਈ ਹੈਵ ਨਥਿੰਗ Still waiting. So much tired. ਪਤਾ ਨਹੀਂ ਕਦੋਂ ਚੜ੍ਹਾਉਣਗੇ ਸਾਨੂੰ ਨਵੇਂ ਜਹਾਜ਼ 'ਚ ਨੀਂਦ ਬਹੁਤ ਆ ਰਹੀ ਹੈ ਕਿੰਨਾ ਟਾਈਮ ਹੋ ਗਿਆ 10:36 ਹਾਂ 10:30 ਹੋ ਗਏ ਕਦੋਂ ਪਹੁੰਚਾਂਗੇ ਹੁਣ ਬਹੁਤ ਨੀਂਦ ਆ ਰਹੀ ਹੈ ਪਤਾ ਨਹੀਂ ਜਹਾਜ਼ 'ਚ ਨੀਂਦ ਆਊਗੀ ਕਿ ਨਹੀਂ ਆਊਗੀ ਬਟ ਵੀ ਹੈਵ ਟੂ ਬੇਅਰ ਇਟ ਲੈਟਸ ਸੀ ਮੰਮਾ ਮੈਂ ਕਹਿੰਦਾ 10:39 ਨੂੰ ਬਜਾ ਕੇ ਖੜ ਜਾ ਤੈਨੂੰ ਤੇ ਓਕੇ ਫਿਰ ਕੀ ਹੋਊਗਾ ਫਿਰ ਆਪਾਂ ਸਭ ਤੋਂ ਪਹਿਲਾਂ ਹੋਵਾਂਗੇ ਪੈਰੀ ਕਹਿ ਰਿਹਾ 10:39 'ਤੇ ਜਾ ਕੇ ਖੜ ਜਾਓ ਆਪਾਂ ਸਭ ਤੋਂ ਪਹਿਲਾਂ ਹੋਵਾਂਗੇ ਪਰ ਜੇ ਅਸੀਂ ਸਭ ਤੋਂ ਪਹਿਲਾਂ ਹੋਏ ਵੀ ਫਿਰ ਕਿਹੜਾ ਸਾਨੂੰ ਚੜ੍ਹਾ ਕੇ ਜਹਾਜ਼ ਛੇਤੀ ਤੋਰ ਲੈਣਗੇ ਜਹਾਜ਼ ਤੋਂ ਉਹਦੇ ਉੱਤੇ ਤੋਰਨਗੇ ਜਿਹੜੇ ਸਾਹ ਸੁਣ ਕੇ ਸੀ ਗਏ ਅੰਦਰ ਐਸੇ ਦਾ ਪਾਂਚ ਪਲੱਸ ਐਕਸਾਂ ਦਾ ਟਿਕਟ ਆ ਮਸਲਾ ਸੋਲਵ ਹੋ ਜਾਵੇ ਜੇ ਨਹੀਂ ਆਪਾਂ ਗਿਰ ਜਾਣਗੇ ਸਹੀ ਕਹਿ ਰਿਹਾ ਪੈਰੀ ਤੁਸੀਂ ਨਜ਼ਰ ਪਾਓ ਸਾਰੇ ਥੱਕੇ ਹੋਏ ਨੀਂਦਰੇ ਬੈਠੇ ਨੇ ਕਿਉਂਕਿ ਪਹਿਲੀ ਫਲਾਈਟ ਲੇਟ ਸੀ ਇਸ ਕਰਕੇ ਇਹਨਾਂ ਸਾਰਿਆਂ ਨੂੰ ਜਿਹੜੇ ਮੋਂਟਰੀਅਲ ਜਾ ਰਹੇ ਸੀ ਉਹਨਾਂ ਦੀ ਜਿਹੜੀ ਸਟੇ ਵਾਲੀ ਫਲਾਈਟ ਸੀ ਕੈਲਗਰੀ ਉਹ ਕੈਂਸਲ ਕਰਕੇ ਉਹਨਾਂ ਨੇ ਮੈਨੂੰ ਲੱਗਦਾ ਹੈ ਸਾਰਿਆਂ ਨੂੰ ਡਾਇਰੈਕਟ ਮੋਂਟਰੀਅਲ ਦੀ ਫਲਾਈਟ ਦਿੱਤੀ ਹੈ ਦੇਖੋ ਹੁਣ ਕੀ ਹੁੰਦਾ ਫਨੀ ਅਪਡੇਟਸ ਕੀ ਫਨੀ ਅਪਡੇਟਸ ਆ ਜਿਹੜੀ ਪਹਿਲੀ ਸਾਡੀ ਫਲਾਈਟ ਸੀਗੀ ਉਹ ਕਹਿੰਦੇ ਜੀ ਡਿਲੇ ਹੋ ਗਈ ਕਿਉਂਕਿ ਫਲਾਈਟ ਅਟੈਂਡੈਂਟਸ ਨਹੀਂ ਪਹੁੰਚੇ ਤਾਂ ਕਰਕੇ ਕਹਿੰਦੇ 20 ਮਿੰਟ ਲੇਟ ਕਰਾਂਗੇ ਅਸੀਂ ਬੋਰਡਿੰਗ ਉਹ 20 ਮਿੰਟ ਲੇਟ ਕਰਦੇ ਕਰਦੇ ਸਾਡੀ ਫਲਾਈਟ ਹੀ ਕੈਂਸਲ ਕਰਦੀ ਕਹਿੰਦੇ ਕੋਈ ਨਹੀਂ ਜੀ ਫਿਰ ਸਿੱਧੇ ਅਸੀਂ ਮੋਂਟਰੀਅਲ ਭੇਜਾਂਗੇ ਹੁਣ ਜਦੋਂ ਮੋਂਟਰੀਅਲ ਵਾਲੀ ਡਾਇਰੈਕਟ ਫਲਾਈਟ ਬੋਰਡ ਕਰਨ ਦਾ ਟਾਈਮ ਆਇਆ ਹੁਣ ਫਿਰ ਇੱਕ ਅਨਾਊਂਸਮੈਂਟ ਹੋਈ ਹੈ ਕਹਿੰਦੇ ਹੁਣ ਸਾਡੇ ਪਾਇਲਟ ਲੇਟ ਨੇ ਪਾਇਲਟ ਸਾਡੇ 15 ਮਿੰਟ 'ਚ ਲੈਂਡ ਕਰਨਗੇ ਫਿਰ ਉਹਦੇ ਬਾਅਦ ਸੇਫਟੀ ਚੈੱਕ ਕਰਨਗੇ ਫਿਰ ਅਸੀਂ ਤੁਹਾਨੂੰ ਬੋਰਡ ਕਰਨਾ ਸ਼ੁਰੂ ਕਰਾਂਗੇ ਥੈਂਕ ਯੂ ਫੋਰ
ਅਸੀਂ ਪਹੁੰਚ ਗਏ ਆ ਮੌਂਟਰੀਅਲ ਪਰ ਮੌਂਟਰੀਅਲ ਦਾ ਏਅਰਪੋਰਟ ਨਹੀਂ ਹੈ ਡੋਰਵੈਲ ਏਅਰਪੋਰਟ ਹੈ ਏਅਰਪੋਰਟ ਘੱਟ ਹੈ ਇਹ ਮੈਨੂੰ ਐਂ ਲੱਗਦਾ ਕਿਸੇ ਪੁਰਾਣੇ ਹੋਟਲ ਦਾ ਕਮਰਾ ਜ਼ਿਆਦਾ ਲੱਗ ਰਿਹਾ ਕਾਰਪੈਟ ਪੁਰਾਣਾ ਜਿਹਾ ਬਿਲਕੁਲ ਐਂਟਰੀ ਕਿਸੇ ਪਾਸੇ ਉਹ ਏਅਰਪੋਰਟ ਦੀ ਵਾਈਬ ਨਹੀਂ ਹੈ ਇੱਥੇ ਉਹ ਵੀ ਦੱਸੋ ਜੋ ਆਪਾਂ ਐਂਟਰ ਕੀਤਾ ਸੀ ਇੱਥੇ ਕੀ ਫੀਲ ਹੋਇਆ ਸੀ ਦੱਸੀ ਐਂਟਰ ਕੀਤਾ ਕੀ ਹੋਇਆ ਜੋ ਆਪਾਂ ਐਂਟਰ ਕੀਤਾ ਸੀ ਅਜੇ ਲੱਗਦਾ ਸੀ ਕੋਈ ਬਾਲੀਵੁੱਡ ਪੁਰਾਣੀ ਮੂਵੀ ਦੇ ਹੀਰੋ ਲਾਈਕ ਕੋਈ ਸਾਰਾ ਸਾਡਾ ਵੈਲਕਮ ਕਰਨ ਸਾਰੇ ਫਲਾਈਟ ਅਟੈਂਡ ਸਾਰੇ ਪਾਇਲਟ ਗਏ ਉੱਥੇ ਖੜੇ 100-200 ਬੰਦੇ ਸਾਡੇ ਵੱਲ ਦੇਖ ਰਹੇ ਆਪਾਂ ਆਹ ਵੀ ਇਕੱਲੇ ਇਕੱਲੇ ਰਹੇ ਇੱਕ ਨਿੱਕਾ ਜਿਹਾ ਦਰਵਾਜ਼ਾ ਚੀਚੋ ਅਸੀਂ ਐਂਟਰ ਕੀਤੇ ਛੋਟਾ ਜਿਹਾ ਦਰਵਾਜ਼ਾ ਜਿਵੇਂ ਕਿਸੇ ਕਮਰੇ ਦਾ ਦਰਵਾਜ਼ਾ ਹੁੰਦਾ ਉਹਦੇ ਸਾਰੇ ਉੱਥੇ ਸਾਰੇ ਬੈਠੇ ਥੱਲੇ ਵੇਟ ਕਰ ਰਹੇ ਪੈਸੇਂਜਰ ਦਰਵਾਜ਼ੇ ਤੋਂ ਨਹੀਂ ਹੈ ਕਿ ਕਦ ਮੁੜ ਸਹੀ ਗੱਲ पता नहीं किधर निकलांगे ब्रेकफास्ट करन आ गए होर तो सानू कुछ मिलया नहीं तो असि आ लेके आए कब पैरी दा खाना ओ से मैकडी है ओ साइड से ते आ एरिया बढ़िया पूरा दिस एरिया है क्या कैंट वर्क है एरिया इस एरिए कमर रहा कमर साढ़े तो सिर्फ 4 किलोमीटर दूर है मॉन्ट्रियाल तो असी काफ़ी दूर आ गए 40 किलोमीटर दूर हाँ जिथे असी होटल ले आके हाँ होटल साढ़ा जो रेस्टोरेंट से बहुत महंगा सी इसलिए असी लभदे भी ब्रेकफास्ट इतने करिए सू मैकडोनल्ड्स मिले हूँ असं इतों ब्रेकफास्ट करके पैरी लिए पैक करवा के वापस अपने होटल जा रहे हैं देखते हुए मौसम बहुत सोहना अज धुप नहीं हैगी बदल वही है हूँ असं जाके रैसट करा साडा घूमण का कोई प्लैन नहीं कितने फिर नहा धो तो के रैसट करके शाम को किसी पास निकलेंगे तो फिर एक्सप्लोर करा की है होर इतने देख ये होटल जिससे अस रुके हैं क्वालिटी होटल अगे पता नहीं की है लंबा जहा नाम फ्रेंच इन्ना की पता शहर का नाम ही नहीं लेना आता सानू सेंट जॉन सर डे रूशले पता नहीं की लिख के दस देंगे वधिया हरियाली है इतने आले दुआले तो एरिया तो सोहना है ये सानू वधिया लगे मॉन्ट्रियल तो सब बस ऐसा कि निकल जाओ ठीक है सर पसंद नहीं आया देखो बोर्ड सारे फ्रेंच ने ऑब्वियसली फ्रेंच से लिखण की अपनी लैंग्वेज है पर साडे वर्गिया लिए कुछ नहीं है पल्ले पैंदा साडे ये भी नहीं कह सकते काला अक्षर है बराबर चिट्टे अक्षर ने नीले ते हरे बोर्ड ने सानू कुछ नहीं समझ आ रहा गैस ला ला के गूगल दे सहारे GPS दे सहारे काम चला रहे हैं इतने अपने गल वधिया भी है कि लोग अपनी लैंग्वेज में कितना प्यार करते हैं कहते समझ आवे ना आवे जिम्मे मर्जी पर फ्रेंच से लिखांगे असं ये जोड़े लोग आए हैं इतने उन्होंने जिम्मेवारी है फ्रेंच सीखो इंग्लिश बहुत घट मिलते हैं इंग्लिश लैंग्वेज भी लोग बहुत घट यूज़ करते हैं हूँ असं जिथे ब्रेकफास्ट करके आए मैकडोनल्ड जी कुड़ी सर्व कर रही थी उन्होंने बहुत घट इंग्लिश आती सी इसलिए मैं समझाने बड़ी प्रॉब्लम आई उन्होंने बेचारी भी ऑर्डर समझन च तो फिर मैं एक्सप्लेन कर रही थी कुछ की होंदा उहदे च वो बड़ी औखी सी पर फिर भी वधिया सी शी वाज़ नाइस दसो की समझोगे इतों तुसीं सड नॉर्ड एस्ट ओएस्ट मे बी नॉर्ड नॉर्थ नूं कहिंदे होणे
ਤੇ ਪਰ ਈਸਟ ਸਾਡ ਇੱਕ ਪਾਸੇ ਕਿਉਂ ਹੈ ਕੁਐਸਟ ਪਤਾ ਨਹੀਂ ਕੀ ਹੈ ਆਮ ਜਸਟ ਗੈਸਿੰਗ ਨਹੀਂ ਇਹ ਡਾਇਰੈਕਸ਼ਨ ਹੀ ਆਈ ਹੈ ਕੁਝ ਹੋਰ ਹੈ ਇਸ ਲਈ ਕਹਿੰਦੇ ਨੇ ਜਿੱਥੇ ਜਾਓ ਉੱਥੋਂ ਦੀ ਭਾਸ਼ਾ ਆਉਣੀ ਚਾਹੀਦੀ ਹੈ ਸਾਨੂੰ ਕੁਛ ਨਹੀਂ ਸਮਝ ਆ ਰਿਹਾ ਬਈ ਇੱਥੇ ਵਾਟਰ ਬੱਸ ਸਟੋਪ ਵੀ ਨਾਲ ਹੀ ਹੈ ਸਾਡੇ ਹੋਟਲ ਦੇ ਇਹ ਹੋਟਲ ਦਾ ਬਾਹਰਲਾ ਹਿੱਸਾ ਦੇਖ ਕੇ ਥੋੜ੍ਹਾ ਥੋੜ੍ਹਾ ਵਿਨੀਪੈਗ ਦਾ ਚੇਤਾ ਆ ਰਿਹਾ ਪਤਾ ਨਹੀਂ ਕਿਉਂ ਵਧੀਆ ਲੱਗ ਰਿਹਾ ਇੱਥੇ ਇਹ ਵੀ ਕਵਰਡ ਹੈ ਮੇ ਬੀ ਕਿਉਂਕਿ ਇੱਥੇ ਵੀ ਸਨੋਫਾਲ ਹੁੰਦੀ ਹੈ ਵੈਨਕੂਵਰ 'ਚ ਨਹੀਂ ਹੈਗੀ ਐਵੇਂ ਤਾਂ ਘੱਟ ਹੀ ਨੇ ਪੂਰੇ ਕਵਰਡ ਨਹੀਂ ਹੈਗੇ ਬੱਸ ਸਟੋਪ ਜਿਹੜੇ ਨੇ ਚਲੋ ਇਹ ਹੈ ਸਾਡਾ ਹੋਟਲ ਇਹ ਜਿਹੜਾ ਸੀਐਮ ਰੈਸਟੋਰੈਂਟ ਹੈ ਜਿਹੜਾ ਇੱਥੇ ਹੋਟਲ ਦੇ ਵਿੱਚ ਉਹਦਾ ਨਾਮ ਹੈ ਲੈਟਸ ਗੋ ਇਨਸਾਈਡ ਰੈਸਟ ਫਿਰ ਨਿਕਲਾਂਗੇ ਸ਼ਾਮ ਨੂੰ ਕਿਸੇ ਪਾਸੇ